ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਜੀ ਦੇ ਮੁੱਖ ਸੇਵਾਦਾਰ ਅਜੇਪਾਲ ਸਿੰਘ ਜੀ ਦੀ ਧਾਰਮਿਕ ਕੈਸਟ ਬੈਠਾ ਸੋਢੀ ਪਾਤਸ਼ਾਹ ਦੀ ਘੁੰਡ ਚੁਕਾਈ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਨੇਤਾ ਵੀ ਮੌਜੂਦ ਰਹੇ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਆਗੂ ਸਾਹਿਬਾਨ, ਸਾਰੀਆਂ ਹੀ ਮਹਾਨ ਸ਼ਖਸੀਅਤਾਂ, ਸਾਡੇ ਇੱਥੋਂ ਦੇ ਮੁੱਖ ਸੇਵਾਦਾਰ ਅਜੇ ਨੌ ਨਿਹਾਲ ਸਿੰਘ ਜੀ ਔਰ ਸਾਰਾ ਹੀ ਪਰਿਵਾਰ, ਕਿਉਂਕਿ ਆਪਾਂ ਸਾਰੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਾਂ ਕਿ ਤੁਸੀਂ ਹਰ ਸਾਲ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮ ਪਾਤਸ਼ਾਹ ਧਰਮ ਜੀ ਦਾ ਦਸ਼ਮੇਸ਼ ਪਿਤਾ ਜੀ ਦੇ ਆਗਮਨ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਅੱਜ ਇਹਨਾਂ ਨੇ ਮਨਾਇਆ। ਹਰ ਸਾਲ ਦੀ ਤਰ੍ਹਾਂ ਜੋ ਬਾਬਾ ਰਾਜਵੰਤ ਸਿੰਘ ਸ਼ੁਰੂ ਕਰਕੇ ਗਏ ਸੀ ਉਸੇ ਹਿਸਾਬ ਨਾਲ ਇਹਨਾਂ ਨੇ ਸ਼ੁਰੂ ਰੱਖਿਆ ਹੋਇਆ, ਬਲਕਿ ਉਸਨੂੰ ਹੋਰ ਚੰਗੀ ਤਰ੍ਹਾਂ ਨਵਾਉਣ ਦਾ ਯਤਨ ਕਰ ਰਹੇ ਨੇ। ਇਹਨਾਂ ਦਾ ਧੰਨਵਾਦ। ਔਰ ਇਹਨਾਂ ਉਹਦੇ ਵਿੱਚ ਇਹਨਾਂ ਨੇ ਸਾਨੂੰ ਹਮੇਸ਼ਾ ਬੁਲਾਇਆ, ਅਸੀਂ ਹਾਜ਼ਰੀ ਲਵਾਉਂਦੇ ਆਏ ਹਾਂ, ਹੁਣ ਫਿਰ ਅੱਜ ਫਿਰ ਹਾਜ਼ਰੀ ਲਵਾ ਕੇ ਗਿਆ ਅਤੇ ਸ਼ਰਧਾ ਭੇਟ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ। ਸੋ ਇਸ ਕਰਕੇ ਧੰਨਵਾਦ ਕਰਦੇ ਹਾਂ ਇਸ ਪਰਿਵਾਰ ਦਾ। ਅੱਜ ਕੈਸਟ ਇਹਨਾਂ ਦੀ ਸ਼ਬਦਾਂ ਦੀ ਰਿਲੀਜ਼ ਉਹਦੇ ਬਾਰੇ? ਹਾਂ, ਦੇਖੋ ਇਹ ਬਹੁਤ ਅੱਛੇ ਬਾਬਾ ਨੌ ਨਿਹਾਲ ਸਿੰਘ, ਅਜੇ ਨੌ ਨਿਹਾਲ ਸਿੰਘ ਬਹੁਤ ਅੱਛੇ ਕੀਰਤਨੀਏ ਨੇ, ਔਰ ਹਰਿਮੰਦਰ ਸਾਹਿਬ ਵੀ ਕੀਰਤਨ ਕਰਨ ਜਾਂਦੇ ਨੇ, ਉਹ ਵੀ ਕੀਰਤਨ ਕਰਦੇ ਨੇ। ਜਾਗਰਤੀ ਲਹਿਰ ਲਈ ਬਰਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ।